ਸਾਡੇ ਅੰਦਰ ਪਾਣੀ ਬਹੁਤ ਵਾ, ਉਹਦਾ ਜ਼ਿੰਮੇਵਾਰ ਕੌਣ ਆ? ਪ੍ਰਸ਼ਾਸਨ ਜ਼ਿੰਮੇਵਾਰ ਆ ਜਾਂ ਬਿਜਲੀ ਘਰ ਜ਼ਿੰਮੇਵਾਰ ਆ? ਸਾਨੂੰ ਇਹਦਾ ਜਵਾਬ ਚਾਹੀਦਾ ਜੀ। ਬਸ ਹੈਗੀ ਆ, ਲੋਕਾਂ ਦੇ ਘਰਾਂ ਦੇ ਵਿੱਚ 3-3 ਫੁੱਟ 4-4 ਫੁੱਟ ਪਾਣੀ ਆਇਆ ਹੋਇਆ ਜੀ। ਠੀਕ ਆ ਜੀ, ਇੱਥੋਂ ਜੀ ਪੁੱਲ ਵਾਲੇ ਆ, ਬਿਜਲੀ ਘਰ ਵਾਲੇ ਆ, ਸਾਰਾ ਸਾਡਾ ਉਹ ਕੰਧ ਤੋੜ ਤੋੜ ਕੇ ਆਪਣੇ ਇੱਧਰ ਨੂੰ ਕਰੀ ਜਾਂਦੇ ਪਏ ਆ ਜੀ। ਠੀਕ ਆ ਜੀ, ਇੱਧਰ ਅਸੀਂ ਦੇਖੋ ਪਾਣੀ, ਤੁਸੀਂ ਆਪ ਹੀ ਦੇਖ ਲਓ ਕਿੱਦਾਂ ਪਾਣੀ ਆਇਆ ਹੋਇਆ ਜੀ। ਆਹ ਕਾਲਜ ਦੀ ਕੰਧ ਅਸੀਂ ਤੋੜਨਾ ਚਾਹੁੰਦੇ ਹਾਂ, ਇਹ ਤੋੜਨ ਦਿੰਦੇ ਨਹੀਂ ਪਏ ਜੀ।